ਕੋਰੋਨਾ ਵਾਇਰਸ ਤੋਂ ਬਚਣ ਲਈ ਲੋਕ ਆਪਣੇ ਘਰਾਂ ਵਿੱਚ ਬੰਦ ਹਨ। ਲੋਕਾਂ ਵੱਲੋਂ ਸੈਨੀਟਾਈਜ਼ਰ ਅਤੇ ਸਮਾਜਿਕ ਦੂਰੀਆਂ ਦੀ ਵਰਤੋਂ ਕਰਦਿਆਂ ਦੂਰੀਆਂ ਅਪਣਾਈਆਂ ਜਾ ਰਹੀਆਂ ਹਨ। ਅਜਿਹੇ ਵਿੱਚ ਲੋਕ ਵਾਇਰਸ ਵਾਲੀਆਂ ਬਿਮਾਰੀਆਂ ਤੋਂ ਬਚਣ ਲਈ ਆਪਣੀ ਇਮਿਊਨਿਟੀ ਨੂੰ ਮਜ਼ਬੂਤ ਬਣਾ ਰਹੇ ਹਨ, ਜਿਸ ਦੇ ਲਈ ਕਈ ਤਰ੍ਹਾਂ ਦੇ ਕਾੜੇ ਵੀ ਅਪਣਾਏ ਜਾ ਰਹੇ ਨੇ। ਪਰ ਗਰਮੀਆਂ ਵਿੱਚ ਕਾੜਾ ਪੀਣਾ ਸਰੀਰ ਨੂੰ ਨੁਕਸਾਨ ਵੀ ਪਹੁੰਚਾ ਸਕਦਾ ਹੈ। ਅਜਿਹੀ ਸਥਿਤੀ ਵਿੱਚ ਤੁਸੀਂ ਸਮਰ ਡਰਿੰਕਸ ਦਾ ਸੇਵਨ ਕਰ ਸਕਦੇ ਹੋ। ਗਰਮੀਆਂ ਦੇ ਪੀਣ ਵਾਲੇ ਕਿਹੜੇ ਡਰਿੰਕਸ ਹੁੰਦੇ ਨੇ ਉਸ ਬਾਰੇ ਤੁਹਾਨੂੰ ਦੱਸਦੇ ਹਾਂ। ਪੁਦੀਨੇ ਦੀ ਲੱਸੀ, ਐਂਟੀਆਕਸੀਡੈਂਟ ਖਣਿਜ ਅਤੇ ਵਿਟਾਮਿਨ ਪੁਦੀਨੇ ਵਿੱਚ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ। ਇਹ ਸਾਰੇ ਤੱਤ ਇਮਿਊਨਿਟੀ ਵਧਾਉਣ ਵਿੱਚ ਮਦਦਗਾਰ ਸਾਬਤ ਹੁੰਦੇ ਨੇ। ਗਰਮੀਆਂ ਵਿੱਚ ਪੁਦੀਨੇ ਦਾ ਸੇਵਨ ਕਰਨ ਨਾਲ ਸਰੀਰ ਠੰਡਾ ਰਹਿੰਦਾ ਹੈ ਅਤੇ ਪੇਟ ਦੀਆਂ ਸਮੱਸਿਆਵਾਂ ਵੀ ਦੂਰ ਹੋ ਜਾਂਦੀਆਂ ਨੇ। ਪੁਦੀਨੇ ਦੀ ਲੱਸੀ ਬਣਾਉਣ ਲਈ ਮਿਕਸਰ ਵਿੱਚ ਦਹੀਂ ਅਤੇ ਤਾਜ਼ਾ ਪੁਦੀਨਾ ਪਾਓ, ਥੋੜ੍ਹੀ ਜਿਹੀ ਚੀਨੀ ਪਾ ਕੇ ਮਿਕਸ ਕਰੋ। ਹੁਣ ਇਸ ਵਿੱਚ ਕੁਝ ਬਰਫ਼ ਦੇ ਕਿਊਬਸ ਮਿਲਾਓ ਅਤੇ ਇਸ ਨੂੰ ਜੀਰੇ ਦੇ ਨਾਲ ਸਜਾ ਕੇ ਪੀਓ। ਨਾਰੀਅਲ ਪਾਣੀ, ਘੱਟ ਕੈਲੋਰੀ ਨਾਲ ਭਰਪੂਰ ਨਾਰੀਅਲ ਪਾਣੀ ਪੀਣ ਨਾਲ ਸਰੀਰ ਨੂੰ ਬਹੁਤ ਸਾਰੇ ਪੋਸ਼ਕ ਤੱਤ ਮਿਲਦੇ ਹਨ। ਨਾਰੀਅਲ ਪਾਣੀ ਪਾਚਨ ਤੰਤਰ ਨੂੰ ਤੰਦਰੁਸਤ ਰੱਖਦਾ ਹੈ। ਇਹ ਭਾਰ ਨੂੰ ਕਾਬੂ ਵਿੱਚ ਰੱਖਣ ਵਿੱਚ ਵੀ ਮਦਦਗਾਰ ਹੁੰਦਾ ਹੈ। ਪੋਟਾਸ਼ੀਅਮ, ਵਿਟਾਮਿਨ ਸੀ ਅਤੇ ਮੈਗਨੀਸ਼ੀਅਮ ਨਾਰੀਅਲ ਦੇ ਪਾਣੀ ਵਿੱਚ ਪਾਏ ਜਾਂਦੇ ਨੇ। ਤਰਬੂਜ ਅਤੇ ਡਰਾਈ ਫਰੂਟਸ ਜੂਸ, ਗਰਮੀਆਂ ਵਿੱਚ ਤਰਬੂਜ ਖਾਣ ਨਾਲ ਸਰੀਰ ਵਿੱਚ ਪਾਣੀ ਦੀ ਕਮੀ ਪੂਰੀ ਹੋ ਜਾਂਦੀ ਹੈ, ਨਾਲ ਹੀ ਇਹ ਸਰੀਰ ਨੂੰ ਠੰਡਾ ਵੀ ਰੱਖਦਾ ਹੈ। ਇਮਿਊਨਿਟੀ ਨੂੰ ਮਜ਼ਬੂਤ ਕਰਨ ਲਈ ਤਰਬੂਜ ਅਤੇ ਸੁੱਕੇ ਫਲਾਂ ਦੇ ਰਸ ਦਾ ਸੇਵਨ ਵੀ ਕੀਤਾ ਜਾ ਸਕਦਾ ਹੈ। ਇਸ ਨੂੰ ਬਣਾਉਣ ਲਈ ਤਰਬੂਜ ਦਾ ਰਸ, ਬਦਾਮ, ਖਜੂਰ, ਪਿਸਤਾ, ਕਾਜੂ ਅਤੇ ਤਾਜ਼ੇ ਪੁਦੀਨੇ ਦੀ ਜ਼ਰੂਰਤ ਹੈ। ਇਸ ਤੋਂ ਇਲਾਵਾ ਇਸ ਵਿੱਚ ਨਿੰਬੂ ਦਾ ਰਸ, ਕਾਲਾ ਨਮਕ ਅਤੇ ਚੀਨੀ ਵੀ ਮਿਲਾਈ ਜਾ ਸਕਦੀ ਹੈ। ਹੁਣ ਇਸ ਵਿੱਚ ਬਰਫ਼ ਦੇ ਕਿਊਬਸ ਮਿਲਾਓ ਅਤੇ ਇਸ ਨੂੰ ਪੀਣ ਦਾ ਆਨੰਦ ਲਓ। ਬੇਲ ਸ਼ਰਬਤ, ਬੇਲ ਵਿੱਚ ਬਹੁਤ ਜ਼ਿਆਦਾ ਮਾਤਰਾ ਵਿੱਚ ਫਾਈਬਰ ਅਤੇ ਵਿਟਾਮਿਨ ਸੀ ਪਾਏ ਜਾਂਦੇ ਨੇ, ਜੋ ਕਿ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਂਦੇ ਹਨ। ਇਹ ਪੇਟ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਦਿਲਾਉਂਦੇ ਨੇ ਅਤੇ ਸਰੀਰ ਨੂੰ ਠੰਡਾ ਰੱਖਦੇ ਹਨ। ਆਮ ਪੰਨਾ, ਕੱਚਾ ਅੰਬ ਇਮਿਊਨਿਟੀ ਨੂੰ ਮਜ਼ਬੂਤ ਕਰਨ ਦੇ ਨਾਲ ਨਾਲ ਸਰੀਰ ਨੂੰ ਠੰਡਾ ਰੱਖਣ ਵਿੱਚ ਵੀ ਮਦਦ ਕਰਦਾ ਹੈ। ਆਮ ਪੰਨੇ ਨੂੰ ਬਣਾਉਣ ਲਈ ਤੁਹਾਨੂੰ ਕੱਚਾ ਅੰਬ, ਜੀਰਾ ਪਾਊਡਰ, ਕਾਲਾ ਨਮਕ ਅਤੇ ਗੁੜ ਦੀ ਜ਼ਰੂਰਤ ਹੁੰਦੀ ਹੈ। ਇਸ ਵਿੱਚ ਠੰਡਾ ਪਾਣੀ ਮਿਲਾਓ ਅਤੇ ਇਸਦਾ ਆਨੰਦ ਲਓ। ਬਿਊਰੋ ਰਿਪੋਰਟ, ਸਾਂਝ ਟੀਵੀ। ਹੁਣ ਸਮੱਸਿਆ ਭਾਵੇਂ ਕੋਈ ਵੀ ਹੋਵੇ, ਇੱਧਰ ਉੱਧਰ ਨਾ ਘੁੰਮੋ, ਕਿਉਂਕਿ ਤੰਤਰ ਮੰਤਰ ਦੇ ਸਮਰਾਟ ਮੀਆਂ ਫਰਹਾਨ ਜੀ ਮੋਗੇ ਵਾਲੇ ਕਰਨਗੇ ਹਰ ਸਮੱਸਿਆ ਦਾ ਸਮਾਧਾਨ। ਹਰ ਇੱਕ ਕੰਮ ਦੀ ਗਰੰਟੀ ਸਟਾਂਪ ਪੇਪਰ ਤੇ ਲਿਖ ਕੇ ਲਓ। ਹੁਣ ਤੱਕ ਲੱਖਾਂ ਹੀ ਲੋਕ ਫਾਇਦਾ ਉਠਾ ਚੁੱਕੇ ਹਨ। ਤੁਸੀਂ ਵੀ ਵੇਖੋ ਚਮਤਕਾਰ। ਤੁਸੀਂ ਰੋਂਦੇ ਹੋਏ ਆਓਗੇ ਤੇ ਹੱਸਦੇ ਹੋ ਜਾਓਗੇ। ਪਰੇਸ਼ਾਨੀ ਭਾਵੇਂ ਕਿੱਡੀ ਵੀ ਹੋਵੇ, ਜਿਵੇਂ ਸੌਂਕਣ ਦੁਸ਼ਮਣ ਤੋਂ ਛੁਟਕਾਰਾ, ਪਤੀ ਪਤਨੀ ਵਿਚਾਰਨ ਬਣ, ਔਲਾਦ ਦਾ ਕਹਿਣ ਤੋਂ ਬਾਹਰ ਹੋਣਾ, ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ, ਲੰਬੀ ਬਿਮਾਰੀ ਤੋਂ ਛੁਟਕਾਰਾ ਪਾਉਣਾ, ਵਿਦੇਸ਼ ਯਾਤਰਾ ਵਿੱਚ ਰੁਕਾਵਟ, ਪੀਆਰ ਵਿੱਚ ਰੁਕਾਵਟ, ਪ੍ਰੇਮ ਵਿਆਹ ਜਾਂ ਫਿਰ ਰੁੱਸੇ ਪ੍ਰੇਮੀ ਪ੍ਰੇਮਿਕਾ ਨੂੰ ਮਨਾਉਣਾ, ਆਪਣੇ ਪਤੀ ਬੇਟੇ ਜਾਂ ਭਰਾ ਨੂੰ ਨਸ਼ਾ ਛਡਾਉਣਾ, ਲੋਟਰੀ ਸੱਟੇ ਦਾ ਨੰਬਰ, ਘਰ ਵਿੱਚ ਖੂਨ ਦੇ ਛਿੱਟੇ ਆਉਣਾ ਅਤੇ ਜਾਦੂ ਟੂਣੇ ਤੋਂ ਇਲਾਵਾ ਕਾਰੋਬਾਰ ਵਿੱਚ ਆ ਰਹੀਆਂ ਪਰੇਸ਼ਾਨੀਆਂ ਜਾਂ ਫਿਰ ਘਰੇਲੂ ਝਗੜੇ ਵਰਗੀਆਂ A to Z ਸਮੱਸਿਆਵਾਂ ਦਾ ਹੱਲ ਤੁਰੰਤ ਕੀਤਾ ਜਾਂਦਾ ਹੈ। ਮੀਆਂ ਜੀ ਕਹਿੰਦੇ ਨਹੀਂ, ਕਰਕੇ ਵਿਖਾਉਂਦੇ ਹਨ। ਸਾਡੇ ਤੋਂ ਪਹਿਲਾਂ ਕੰਮ ਕਰਨ ਵਾਲੇ ਨੂੰ 11 ਲੱਖ ਦਾ ਇਨਾਮ। ਸਾਰੀਆਂ ਥਾਵਾਂ ਤੋਂ ਧੱਕੇ ਖਾ ਕੇ ਅੱਕ ਚੁੱਕੇ ਲੋਕ ਇੱਕ ਵਾਰ ਫੋਨ ਜ਼ਰੂਰ ਕਰਨ। ਇੱਕ ਫੋਨ ਤੁਹਾਡੀ ਜ਼ਿੰਦਗੀ ਬਦਲ ਸਕਦਾ ਹੈ। ਤਾਂ ਫਿਰ ਦੇਰ ਕਿਉਂ, ਹੁਣੇ ਕਾਲ ਕਰੋ 96460-00540।